ਵਿਦੇਸ਼ੀ ਧਰਤੀ ਤੇ ਟੈਸਟ ਕ੍ਰਿਕਟ 'ਚ ਮਾੜੇ ਪ੍ਰਦਰਸ਼ਨ ਦੇ ਦਾਗ ਨੂੰ ਧੋਣ ਦੇ ਇਰਾਦੇ ਨਾਲ ਉੱਤਰੀ ਟੀਮ ਇੰਡੀਆ ਦੇ ਬੱਲੇਬਾਜ਼ਾਂ ਦੀ ਇੱਕ ਵਾਰ ਫਿਰ ਪੋਲ ਖੁੱਲ੍ਹ ਗਈ ਹੈ। ਐਡੀਲੈਡ 'ਚ ਆਸਟ੍ਰੇਲੀਆ ਖਿਲਾਫ ਸ਼ੁਰੂ ਹੋਏ ਪਹਿਲੇ ਟੈਸਟ 'ਚ ਭਾਰਤੀ ਟੌਪ ਆਰਡਰ ਪੂਰੀ ਤਰ੍ਹਾਂ ਫੇਲ ਰਿਹਾ। ਕੇਐਲ ਰਾਹੁਲ, ਮੁਰਲੀ ਵਿਜੇ, ਕਪਤਾਨ ਵਿਰਾਟ ਕੋਹਲੀ ਤੇ ਉਪ ਕਪਤਾਨ ਅਜਿੰਕਿਆ ਰਹਾਣੇ ਨਹੀਂ ਦਿਖਾ ਸਕੇ ਕਮਾਲ। ਪਹਿਲੇ ਦਿਨ ਦੀ ਸਮਾਪਤੀ ਤੇ ਭਾਰਤ ਨੇ 9 ਵਿਕਟਾਂ ਗਵਾ ਕੇ 250 ਦੌੜਾਂ ਹੀ ਬਣਾਈਆਂ ਨੇ। ਪਹਿਲੇ ਦਿਨ ਚਿਤੇਸ਼ਵਰ ਪੁਜਾਰਾ ਨੇ ਭਾਰਤ ਦੀ ਲਾਜ ਰੱਖੀ। ਪੁਜਾਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਂਕੜਾ ਜੜਿਆ। ਚਿਤੇਸ਼ਵਰ ਪੁਜਾਰਾ ਦੇ ਕਰੀਅਰ ਦਾ 16ਵਾਂ ਸੈਂਕੜਾ। ਪੁਜਾਰਾ ਨੇ ਟੈਸਟ ਕ੍ਰਿਕਟ 'ਚ ਆਪਣੇ 5000 ਰਨ ਵੀ ਪੂਰੇ ਕਰ ਲਏ ਨੇ। ਚਿਤੇਸ਼ਵਰ ਪੁਜਾਰਾ 5000 ਦੌੜਾਂ ਬਣਾਉਣ ਵਾਲੇ 12ਵੇਂ ਭਾਰਤੀ ਬੱਲੇਬਾਜ਼ ਬਣੇ ਨੇ। ਪੁਜਾਰਾ ਨੇ ਇਹ ਉਪਲਬਧੀ 65ਵੇਂ ਟੈਸਟ 'ਚ ਹਾਸਲ ਕੀਤੀ ਹੈ। ਖਾਸ ਗੱਲ ਇਹ ਰਹੀ ਕਿ ਪੁਜਾਰਾ ਨੇ ਛੱਕਾ ਮਾਰ ਕੇ ਆਪਣੇ 5000 ਰਨ ਪੂਰੇ ਕੀਤੇ। ਪੁਜਾਰਾ 16 ਜਾਂ ਇਸ ਤੋਂ ਜ਼ਿਆਦਾ ਟੈਸਟ ਸੈਂਕੜਾ ਬਣਾਉਣ ਵਾਲੇ 10ਵੇਂ ਭਾਰਤੀ ਨੇ। ਪਾਕਿਸਤਾਨ ਦੇ ਯਾਸਿਰ ਸ਼ਾਹ ਨੇ ਟੈਸਟ ਵਿੱਚ ਆਪਣੇ 200 ਵਿਕਟ ਪੂਰੇ ਕੀਤੇ। ਉਹ ਸਭ ਤੋਂ ਘੱਟ 33 ਟੈਸਟਾਂ 'ਚ 200 ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਏ ਨੇ। ਸ਼ਾਹ ਨੇ 200 ਦਾ ਅੰਕੜਾ ਹਾਸਲ ਕਰਕੇ 82 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਸ਼ਾਹ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੇ ਕਲੀਅਰੈਂਸ ਵਿਕਟਰ ਗ੍ਰਿਮੇਟ ਦੇ ਨਾਂ ਸੀ। ਗ੍ਰਿਮੇਟ ਨੇ 1936 'ਚ ਆਪਣੇ 36ਵੇਂ ਟੈਸਟ 'ਚ 200 ਵਿਕਟ ਪੂਰੇ ਕੀਤੇ ਸਨ। ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੈਸ਼ਨ ਦੀ 18 ਦਸੰਬਰ ਨੂੰ ਜੈਪੁਰ 'ਚ ਹੋਣ ਵਾਲੀ ਖਿਡਾਰੀਆਂ ਦੀ ਨਿਲਾਮੀ 'ਚ 8 ਫਰੈਂਚਾਈਜ਼ੀ ਟੀਮਾਂ 'ਚ 70 ਉਪਲਬਧ ਥਾਵਾਂ ਲਈ 1003 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਪੂਰਬ ਉੱਤਰ ਦੇ ਰਾਜਾਂ ਉੱਤਰਾਖੰਡ ਤੇ ਬਿਹਾਰ ਦੇ ਕ੍ਰਿਕਟਰਾਂ ਤੋਂ ਇਲਾਵਾ 232 ਵਿਦੇਸ਼ੀ ਖਿਡਾਰੀਆਂ ਨੇ ਵੀ ਨਿਲਾਮੀ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਰਜਿਸਟਰਡ ਖਿਡਾਰੀਆਂ 'ਚੋਂ 800 ਨੇ ਕੋਈ ਕੌਮਾਂਤਰੀ ਮੈਚ ਨਹੀਂ ਖੇਡਿਆ, ਜਿਨ੍ਹਾਂ 'ਚ 746 ਭਾਰਤੀ ਖਿਡਾਰੀ ਸ਼ਾਮਲ ਨੇ। ਵਿਦੇਸ਼ੀਆਂ 'ਚ ਆਸਟ੍ਰੇਲੀਆ ਦੇ 35 ਜਦਕਿ ਅਫਗਾਨਿਸਤਾਨ ਦੇ 27 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਸਭ ਤੋਂ ਜ਼ਿਆਦਾ ਦੱਖਣੀ ਅਫਰੀਕਾ ਦੇ 59 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਅਮਰੀਕਾ, ਹਾਂਗਕਾਂਗ ਤੇ ਆਇਰਲੈਂਡ ਦਾ 1-1 ਖਿਡਾਰੀ ਇਸ ਸ਼ੁਰੂਆਤੀ ਸੂਚੀ 'ਚ ਸ਼ਾਮਲ ਹੈ। IPL 2019 ਦੀ ਨਿਲਾਮੀ ਤੋਂ ਪਹਿਲਾਂ ਸਟਾਰ ਖਿਡਾਰੀਆਂ ਦੇ ਬੇਸ ਪ੍ਰਾਈਜ਼ ਵੀ ਸਾਹਮਣੇ ਆ ਗਏ ਨੇ। ਇਸ 'ਤੇ ਸਭ ਤੋਂ ਜ਼ਿਆਦਾ ਬੇਸ ਪ੍ਰਾਈਜ਼ 2 ਕਰੋੜ ਰੁਪਏ ਰੱਖਿਆ ਗਿਆ। ਹੈਰਾਨੀ ਦੀ ਗੱਲ ਇਹ ਕਿ ਕਿਸੇ ਭਾਰਤੀ ਕ੍ਰਿਕਟਰ ਨੇ ਆਪਣਾ ਬੇਸ ਪ੍ਰਾਈਜ਼ 2 ਕਰੋੜ ਰੁਪਏ ਨਹੀਂ ਰੱਖਿਆ। ਸਿਕਸਰ ਕਿੰਗ ਯੁਵਰਾਜ ਸਿੰਘ ਨੇ ਆਪਣੇ ਬੇਸ ਪ੍ਰਾਈਜ਼ 'ਚ ਕਟੌਤੀ ਕੀਤੀ ਹੈ। ਯੂਵੀ ਨੇ ਆਪਣਾ ਬੇਸ ਪ੍ਰਾਈਜ਼ ਘਟਾ ਕੇ 1 ਕਰੋੜ ਰੁਪਏ ਕਰ ਦਿੱਤਾ ਹੈ। ਯੁਵਰਾਜ ਸਿੰਘ ਨੂੰ ਪਿਛਲੇ ਸਾਲ ਕਿੰਗਜ਼ 11 ਪੰਜਾਬ ਨੇ ਆਪਣੇ ਨਾਲ ਜੋੜਿਆ ਸੀ, ਪਰ ਉਹ ਕੋਈ ਕਮਾਲ ਨਹੀਂ ਦਿਖਾ ਸਕੇ ਸੀ। ਇਸ ਸਾਲ ਯੁਵਰਾਜ ਨੂੰ ਫਰੈਂਚਾਈਜ਼ੀ ਨੇ ਰਿਲੀਜ਼ ਕਰ ਦਿੱਤਾ ਹੈ।